ਸਾਨੂੰ ਵੀਰੋ ਗੱਲ ਕਰਦੇ ਹਾਂ ਇਸ ਟਰੈਕਟਰ ਦੀਆਂ ਖੂਬੀਆਂ ਦੀ, ਕਿੰਨੇ ਹਸ ਪਾਵਰ ਦਾ ਟਰੈਕਟਰ ਆ ਅਤੇ ਕਿਹੜੀਆਂ ਕਿਹੜੀਆਂ ਖੂਬੀਆਂ ਜਿਹੜੀਆਂ ਉਹ ਇਹਦੇ ਵਿੱਚ ਹੈਗੀਆਂ ਅਤੇ ਕਿੰਨੀ ਕੀਮਤ ਹੈ ਇਸ ਟਰੈਕਟਰ ਦੀ ਅਤੇ ਕਿਹੜੇ ਕਿਸਾਨ ਵੀਰ ਇਸ ਟਰੈਕਟਰ ਨੂੰ ਯੂਜ਼ ਕਰ ਸਕਦੇ ਆ। ਸਭ ਤੋਂ ਪਹਿਲਾਂ ਜੀ ਆਪਾਂ ਹਸ ਪਾਵਰ ਦੀ ਗੱਲ ਕਰਦੇ ਹਾਂ, 15 ਹਸ ਪਾਵਰ ਦਾ ਇਹ ਟਰੈਕਟਰ ਆ ਜਿਹੜਾ ਕਿ ਬਾਗਬਾਨੀ ਲਈ ਇੱਕ ਕਹਿ ਸਕਦੇ ਹਾਂ ਵੀ ਅੱਜ ਦੀ ਮਾਰਕੀਟ ਦੇ ਵਿੱਚ ਇਹ 2-wheel ਡਰਾਈਵ ਆ ਤਾਂ ਬਹੁਤ ਘੱਟ ਕੀਮਤ ਹੈ ਇਹਦੀ। ਇਸ ਟਰੈਕਟਰ ਦੇ ਉਹ ਓਲਡ ਕੂਲਿੰਗ ਸਿਸਟਮ ਹੀ ਲੱਗਿਆ ਹੋਇਆ, ਵਾਟਰ ਕੂਲਡ ਸਿਸਟਮ ਆ ਜਿਹੜਾ ਉਹ ਲੱਗਿਆ ਹੋਇਆ। ਅਤੇ ਗੱਲ ਕਰੀਏ ਇਹਦੇ ਗੇਅਰਾਂ ਦੀ ਤਾਂ 6 ਗੇਅਰ ਆ ਜਿਹੜੇ ਇਹਦੇ ਫਾਰਵਰਡ ਆ, 3 ਰਿਵਰਸ ਗੇਅਰ ਦੀ ਸੈਟਿੰਗ ਦੇ ਵਿੱਚ ਇਹਦਾ ਜਿਹੜਾ ਗੇਅਰ ਬੋਕਸ ਹੈਗਾ। ਅਤੇ ਬ੍ਰੇਕਾਂ ਦੀ ਗੱਲ ਕਰੀਏ, ਕਿਉਂਕਿ ਟਰੈਕਟਰ ਦੇ ਬਹੁਤ ਜ਼ਿਆਦਾ ਮੇਨ ਇੰਪੋਰਟੈਂਟ ਪਾਰਟ ਆ ਜਿਹੜਾ ਉਹ ਬ੍ਰੇਕ ਹੁੰਦੇ ਆ, ਅਤੇ OIV ਬ੍ਰੇਕਸ ਆ ਰਹੇ ਨੇ ਅੱਜ ਕੱਲ੍ਹ ਸਾਰੇ ਮਾਡਰਨ ਟਰੈਕਟਰ ਦੇ ਵਿੱਚ। ਪਰ ਇਸ ਟਰੈਕਟਰ ਦੇ ਵਿੱਚ ਡਰਾਈ ਡਿਸਕ ਡਰਮ ਬ੍ਰੇਕ ਸਿਸਟਮ ਲੱਗਿਆ ਹੋਇਆ ਜਿਹੜਾ ਕਿ ਪੁਰਾਣੇ ਟਰੈਕਟਰ ਦੇ ਵਿੱਚ ਲੱਗਿਆ ਹੋਇਆ ਸੀ। ਟਰੈਕਟਰ ਦੀ ਲਿਫਟ ਕਪੈਸਿਟੀ ਬਹੁਤ ਜ਼ਿਆਦਾ ਮੈਟਰ ਕਰਦੀ ਜਦੋਂ ਆਪਾਂ ਉਸਨੂੰ ਵਰਤੋਂ ਦੇ ਵਿੱਚ ਲੈਂਦੇ ਹਾਂ, ਤਾਂ ਇਸ ਟਰੈਕਟਰ ਦੀ ਲਿਫਟ ਕਪੈਸਿਟੀ ਹੈ ਜਿਹੜੀ 780 ਕਿਲੋਗ੍ਰਾਮ ਲਿਫਟ ਕਪੈਸਿਟੀ ਹੈ, ਜਿਹੜੀ ਕਿ ਕਾਫੀ ਠੀਕ ਹੈ ਬਾਗਬਾਨੀ ਵਾਲੇ ਕਿਸਾਨ ਭਰਾਵਾਂ ਲਈ। ਅਤੇ ਜਿਹੜੇ ਬਾਕੀ ਹੋਰ ਕੰਪਨੀਆਂ ਦੇ ਟਰੈਕਟਰ ਆ ਰਹੇ ਆ, ਮਿੰਨੀ ਟਰੈਕਟਰ ਆ ਰਹੇ ਆ ਸਪੈਸ਼ਲ ਬਾਗਬਾਨੀ ਸਬਜ਼ੀ ਵਾਲੇ ਕਿਸਾਨ ਭਰਾਵਾਂ ਲਈ ਆ ਰਹੇ ਆ, ਉਹਨਾਂ ਸਾਰੇ ਹੀ ਟਰੈਕਟਰਾਂ ਦੀ ਜਿਹੜੀ ਹਸ ਪਾਵਰ ਆ ਇਸ ਨਾਲੋਂ ਜ਼ਿਆਦਾ ਆ, ਅਤੇ ਕੀਮਤ ਵੀ ਬਹੁਤ ਜ਼ਿਆਦਾ ਆ, 4 lakh ਤੱਕ ਉਹਨਾਂ ਦੀ ਕੀਮਤ ਆ ਲਗਭਗ। ਅਤੇ ਹਜੇ ਤੱਕ ਕਿਸੇ ਵੀ ਤਰ੍ਹਾਂ ਦੀ ਜਿਹੜੀ ਸਬਸਿਡੀ ਆ ਉਹ ਅਵੇਲੇਬਲ ਨਹੀਂ ਹੈਗੀ। ਕਿਸੇ ਸਟੇਟ ਦੇ ਵਿੱਚ ਹੈ ਤਾਂ ਉਹ ਸਿਰਫ ਬਾਗਬਾਨੀ ਦੇ ਨਾਲ ਸੰਬੰਧਿਤ ਵਾਲੇ ਕਿਸਾਨ ਭਰਾਵਾਂ ਨੂੰ ਹੀ ਦਿੱਤੀ ਜਾਂਦੀ ਹੈ। ਇਹ ਜਿਹੜੀ ਕੀਮਤ ਦੱਸੀ ਜਾ ਰਹੀ ਹੈ ਉਹ 2.5 lakh ਦੇ ਨੀਅਰ ਅਬਾਊਟ ਦੱਸੀ ਜਾ ਰਹੀ ਹੈ, ਅਲੱਗ ਅਲੱਗ ਸਟੇਟ ਦੇ ਵਿੱਚ ਜਿਹੜੀ ਕੀਮਤ ਆ ਉਹ ਵੇਰੀ ਕਰਦੀ ਹੈ। ਇਸ ਟਰੈਕਟਰ ਨੂੰ ਦੇਖਣ ਲਈ ਬਹੁਤ ਸਾਰੇ ਕਿਸਾਨ ਭਰਾ ਇਕੱਠੇ ਹੋਏ ਸੀਗੇ, ਕਿਉਂਕਿ ਇਹ ਬਹੁਤ ਛੋਟੇ ਸਾਈਜ਼ ਦਾ ਟਰੈਕਟਰ ਹੈ ਅਤੇ ਇਹ ਲਗਭਗ ਬਾਗਬਾਨੀ ਦੇ ਲਈ ਹੀ ਸਪੈਸ਼ਲ ਡਿਜ਼ਾਈਨ ਕੀਤਾ ਹੋਇਆ। ਪਰ ਸਵਰਾਜ ਦਾ ਜਿਹੜਾ ਕਰੇਜ਼ ਲੋਕਾਂ ਦੇ ਵਿੱਚ ਬਣਿਆ ਹੋਇਆ ਉਸਨੂੰ ਮੇਨਟੇਨ ਕਰਨ ਦੇ ਲਈ ਕੰਪਨੀ ਨੇ ਇਸਨੂੰ ਲਾਂਚ ਕੀਤਾ। ਕੀਮਤ 2.5 lakh ਦੇ ਲਗਭਗ ਇਸ ਟਰੈਕਟਰ ਦੀ ਹੈ। ਇਸ ਟਰੈਕਟਰ ਦੇ ਜਿਹੜਾ ਸਲਾਈਸਰ ਆ, ਆਵਾਜ਼ ਆ ਜਿਹੜੀ ਉਹ ਸਵਰਾਜ ਦੀ ਲੋਕਾਂ ਨੂੰ ਜਿਹੜੀ ਪਸੰਦ ਹੈ ਉਸੇ ਤਰ੍ਹਾਂ ਦੀ ਹੀ ਰੱਖੀ ਗਈ ਹੈ। ਇਸ ਟਰੈਕਟਰ ਦਾ ਸਲਾਈਸਰ ਆ ਜਿਹੜਾ ਉਹ ਸਾਈਡ ਤੋਂ ਹੀ ਮੇਨਟੇਨ ਕੀਤਾ ਗਿਆ। ਕਿਸਾਨ ਵੀਰੋ, ਖੇਤੀ ਦੀਆਂ ਨਵੀਆਂ ਵੀਡੀਓ ਦੇਖਣ ਲਈ, ਟਰੈਕਟਰ ਦੇ ਰਿਵਿਊ ਦੇਖਣ ਲਈ ਆਪਣਾ ਚੈਨਲ ਸਬਸਕ੍ਰਾਈਬ ਕਰ ਸਕਦੇ ਹੋ, ਅਤੇ ਹੋਰ ਵੀ ਖੇਤੀ ਦੇ ਨਾਲ ਜੁੜੀਆਂ ਹੋਈਆਂ ਜਾਣਕਾਰੀ ਦੀਆਂ ਵੀਡੀਓ ਆਪਣੇ ਚੈਨਲ 'ਤੇ ਅਪਲੋਡ ਹੁੰਦੀਆਂ ਰਹਿੰਦੀਆਂ। ਨਵੇਂ ਕਿਸਾਨ ਭਰਾ ਸਬਸਕ੍ਰਾਈਬ ਕਰ ਲਿਓ ਅਤੇ ਨਵੇਂ ਕਿਸਾਨ ਭਰਾ ਵੀਡੀਓ ਨੂੰ ਲਾਈਕ ਵੀ ਜ਼ਰੂਰ ਕਰਿਓ।